ਕਾਲਾ ਘੋਲਦੇ ਘੋਲਦੇ ਸਾਡੇ ਅੰਦਰ ਆ ਗਿਆ ਮੇਰੇ ਨਾਲ ਛੇਲੋ ਕੀ ਲੱਗਦੇ ਸੀਗੇ ਜਿਹਨਾਂ ਦੇ ਇਹਦੀ ਮਾਂ ਹੈ ਇਹਦੀ ਮਾਂ ਅੱਛਾ ਮਾਂ ਰਹੀ ਕੀ ਹੋਇਆ ਲੜੀ ਲੜਾਈ ਕਿਸ ਕਰਕੇ ਅਸੀਂ ਮਾਵਾਂ ਧੀਆਂ ਕਰੇ ਸਾ ਤੇ ਦੋ ਸਾਡੇ ਬੱਚੇ ਸੀਗੇ ਤੇ ਕੁੱਤਾ ਘੋਲਦੇ ਘੋਲਦੇ ਸਾਡੇ ਅੰਦਰ ਆ ਗਿਆ ਤੇ ਉਹ ਹੀ ਜਿਹੜਾ ਬਿਲਬਟ ਵੱਜਦਾ ਤੇ ਅਸੀਂ ਛਡਾ ਸਾਰਾ ਲੋਕੀ ਵੇਖੀ ਜਾਂਦਾ ਕੋਈ ਛਡਵਾਉਂਦਾ ਨਹੀਂ ਦਾ ਤੇ ਉਹਨਾਂ ਦੇ ਮੁੰਡੇ ਆਏ ਤੇ ਛਡਵਾ ਤੇ ਕੁੱਤੇ ਨੂੰ ਘਰੇ ਛੱਡ ਆਏ ਤੇ ਮੁੜ ਤੇ ਸਾਡੇ ਗਲ ਪੈਣ ਲੱਗ ਪਏ ਹਾਂਜੀ ਚੱਲੇ ਨੇ ਵਾਧੂ ਚੱਲੇ ਨੇ ਛੜਕਾਂ ਭਰੀਆਂ ਪਈਆਂ ਨੇ ਅਸੀਂ ਜਦੋਂ ਵੀ ਸਾਡੇ ਗਲ ਪੈਂਦੇ ਨੇ ਸਾਡੇ ਘਰੇ ਆਉਣ ਤੇ ਪੈਂਦੇ ਨੇ ਅੱਗੇ ਵੀ ਕੌਣ ਨੇ ਉਹ ਸਾਡੇ ਗਵਾਂਢੀ ਨੇ ਗਵਾਂਢੀ ਨੇ ਕੀ ਨਾਮ ਨੇ ਰਾਜੂ ਕੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਮੌਕੇ ਤੇ ਪੁਲਿਸ ਰਾਤੀ ਆਈ ਸੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣ ਕੀ ਮੰਗੇ ਸਰਕਾਰ ਨੂੰ ਨਸਾਫ ਮੰਗਨੇ ਵੀ ਇਦੋਂ ਬਾਅਦ ਸਾਡੇ ਘਰੇ ਆਉਣ ਤੇ ਜਦੋਂ ਵੀ ਪੈਂਦੇ ਨੇ ਪੰਜ ਚਾਰ ਵੇਰੀ ਸਾਡੇ ਬੂਹੇ ਭਾਂਦੇ ਨੇ ਸਾਡੇ ਬੰਦਿਆਂ ਨੂੰ ਘਰੇ ਆਉਣ ਤੇ ਕੁੱਟਦੇ ਨੇ ਜਾਰੇ ਬੰਦੇ ਨੇ ਸਾਡੇ ਚਾਰ ਪੰਜ ਨੇ ਮੇਰਾ ਨਾਮ ਹੀ ਵਿਜੇ ਹੈ ਜੀ ਕੀ ਹੋਇਆ ਜਿਹੜਾ ਲੜਾਈ ਦਾ ਮੁੱਦਾ ਸਾਡੀ ਪੈਟਬੋਲ ਤੋਂ ਲੜਾਈ ਹੋਈ ਹੈ ਜੀ ਮੈਂ ਛਾਤੇ ਲੇਟਾ ਹੋਇਆ ਸੀਗਾ ਨੀਚੇ ਮੈਂ ਚੋਕਰੀ ਕਰਦਾ ਜੀ ਮੈਂ ਨੀਚੇ ਰੋਲਾ ਸੁਣ ਕੇ ਆਇਆ ਇਹਨਾਂ ਦਾ ਪੈਟਬੋਲ ਸੀਗਾ ਜੋ ਨਾ ਰਾਜੂਗਾ ਉਹ ਸਾਡੇ ਘਰ ਆ ਕੇ ਸਾਡੇ ਕੁੱਤੇ ਨਾਲ ਖਿੱਚ ਧੂ ਅਤੇ ਕਾਫੀ ਗੰਭੀਰ ਉਹਨੂੰ ਕਰਤਾ ਇੰਨੇ ਚੋਟਾਂ ਲਾਈਆਂ ਲੋਕ ਪਾਇਆ ਹੋਇਆ ਸੀਗਾ ਮੈਂ ਆਣ ਕੇ ਉਹਦੀ ਸੁੱਟੀ ਮਾਰੀ ਆ ਡਾਂਗ ਅਤੇ ਇਸੇ ਗੱਲ ਤੋਂ ਇਹਨਾਂ ਨਾਲ ਬਹਿਸ ਬਸਾਈ ਹੋਈ ਹੈ ਅਤੇ ਬਾਅਦ 'ਚ ਉਹਨੇ ਲੋਕ ਕੀਤਾ ਹੋਇਆ ਸੀਗਾ ਉਹਨੂੰ ਹਾਂਜੀ ਬਹੁਤ ਗੰਭੀਰ ਹੋਇਆ ਪਿਆ ਕੁੱਤਾ ਮਰਨਾ ਵੀ ਹੋਇਆ ਪਿਆ ਤਕਰੀਬਨ ਅਤੇ ਇਹਨਾਂ ਨੇ ਬਾਅਦ 'ਚੋਂ ਮੇਰੇ ਨੂੰ ਗਲ ਗਲੋਚ ਕੀਤਾ ਉਦੋਂ ਬਾਅਦ ਪਿੱਛੋਂ ਆਇਆ ਕੋਈ ਇਹਨਾਂ ਦਾ ਮੁੰਡਾ ਉਹਨੇ ਮੇਰੇ ਡਾਂਗ ਮਾਰਤੀ ਅਤੇ ਬਾਅਦ 'ਚੋਂ ਇਹ ਜੀਵਨ ਇਹਨਾਂ ਦੇ ਕੁਛ ਮੁੰਡੇ ਆਏ ਇਹਨਾਂ ਨੇ ਲਗਾਤਾਰ ਤਿੰਨ ਚਾਰ ਸੱਟਾਂ ਮਾਰੀਆਂ ਮੇਰੇ ਬਿਲਕੁਲ ਜੀ ਬਿਲਕੁਲ ਸਾਡੇ ਅੰਦਰਾਂ 'ਚ ਹੀ ਇੱਟਾਂ ਰੋੜੇ ਵੀ ਚੱਲੇ ਜੀ ਉਹਨਾਂ 'ਚ ਸਾਡੇ ਮਤਲਬ ਪਰਿਵਾਰ 'ਚ ਜ਼ਖਮੀ ਵੀ ਹੋਏ ਆ ਬੱਚੇ ਵੀ ਹਾਂਜੀ ਹਾਂਜੀ ਸਾਡੇ ਸਾਰੇ ਘਰਾਂ ਦੇ ਦਰਵਾਜ਼ੇ ਵੀ ਤੋੜੇ ਗਏ ਜਦੋਂ ਸਾਨੂੰ ਇਹਨਾਂ ਨੂੰ ਕਾਫੀ ਬੰਦੇ ਬੁਲਾ ਰੱਖੇ ਸੀਗੇ ਇਹਨਾਂ ਮੈਂ ਨਾ ਜੀ ਪੁੱਛੋ ਨਾ ਜੀ ਬਹੁਤ ਬੰਦੇ ਬੁਲਾ ਰੱਖੇ 100-150 ਮੁੰਡਾ ਸੀਗਾ ਇਹਨਾਂ ਨਾਲ ਹਾਂਜੀ ਪਿੰਡ ਦੇ ਆਏ ਜੀ ਕੁੱਤਾ ਸਾਡੇ ਅੰਦਰ ਆ ਗਿਆ ਜੀ ਘਰ ਦੇ ਵਿੱਚ ਚਲੋ ਇੱਕ ਵਿਹੜੇ 'ਚ ਹੋ ਜਾਂਦੇ ਇੱਕ ਅੰਦਰ ਕਮਰਿਆਂ 'ਚ ਮੰਗ ਇਹੀ ਆਈ ਸਾਡਾ ਬਸ ਇਨਸਾਫ ਮਿਲਣਾ ਚਾਹੀਦਾ ਹਾਂ ਮੇਰਾ ਨਾਮ ਧਰਮਿੰਦਰ ਸਿੰਘ ਜੀ ਪਿੰਡ ਝੋਕਰ ਯਾਰ ਮੌਜੂਦਾ ਮੈਂਬਰ ਪੰਚਾਇਤ ਕੀ ਹੋਇਆ ਹੋਇਆ ਵੀਰ ਜੀ ਇਹ ਆ ਵੀ ਲੜਾਈ ਜਿਹੜੀ ਹੋਈ ਹੈ ਸਾਡੀ ਕੋਈ ਲੜਾਈ ਇਹਨਾਂ ਨਾਲ ਪਹਿਲੀ ਵਾਰ ਨਹੀਂ ਅੱਗੇ ਵੀ ਇਹ ਸਾਡੇ ਨਾਲ ਇਹ ਰੰਜਿਸ਼ ਦੇ ਨਾਲ ਇਹ ਕੁੱਤਾ ਜਿਹੜਾ ਇਹਨਾਂ ਰੱਖਿਆ ਜੀ ਪਿੱਟ ਬੋਲ ਕੁੱਤਾ ਰੱਖਿਆ ਜਿਹੜਾ ਬਿਲਕੁਲ ਗੈਰ ਕਾਨੂੰਨੀ ਹੈ ਸਰਕਾਰ ਨੇ ਇਸ ਕੁੱਤੇ 'ਤੇ ਬੈਨ ਲਾਇਆ ਹੋਇਆ ਹੈ ਅਸੀਂ ਇਹਨਾਂ ਨੂੰ ਕਈ ਵਾਰੀ ਇਹ ਗੱਲ ਮੈਂ ਪੰਚਾਇਤੀ ਮੈਂਬਰ ਹੋਣ ਦੇ ਨਾਤੇ ਇਹਨਾਂ ਰਾਜ ਕੁਮਾਰ ਨੂੰ ਅਤੇ ਇਹਦੇ ਬੇਟੇ ਨੂੰ ਇਹਨਾਂ ਨੂੰ ਮੈਂ ਕਈ ਵਾਰੀ ਕਿਹਾ ਬੇਟੇ ਇਹ ਕੁੱਤਾ ਗੈਰ ਕਾਨੂੰਨੀ ਹੈ ਇਸ ਕੁੱਤੇ ਨੂੰ ਨਾ ਰੱਖੋ ਇਹ ਕੁੱਤਾ ਜਦ ਵੀ ਕਿਸੇ ਦੇ ਚੱਕ ਭਰਦਾ ਕਿਸੇ ਬੰਦੇ ਦੇ ਪਾਲਾ ਬੱਚੇ ਦੇ ਪਾਲਾ ਇਹ ਜੀ ਪੂਰਾ ਜਾਨੀ ਮਾਨ ਕਿਉਂਕਿ ਇਹ ਕੁੱਤੇ ਦਾ ਇਹ ਹੋਂਦ ਹੀ ਇਸ ਤਰੀਕੇ ਦੀ ਹੈ ਜਦੋਂ ਆ ਚੱਕ ਪਾ ਲੈਂਦਾ ਇਹ ਲੋਕ ਲਾ ਲੈਂਦਾ ਲੋਕ ਲਾਉਣ ਦੇ ਨਾਲ ਇਹ ਕੁੱਤਾ ਛੱਡਦਾ ਨਹੀਂ ਭਾਵੇਂ ਕੁੱਤੇ ਨੂੰ ਡਾਂਗਾ ਮਾਰੀ ਜਾਓ ਇਹ ਬੰਦੇ ਨੂੰ ਮਾਰ ਕੇ ਛੱਡਦਾ ਕਈਆਂ ਜੋ ਘਰਾਂ ਦੇ ਵਿੱਚ ਜਿਨ੍ਹਾਂ ਨੇ ਪਾਲਤੂ ਵੀ ਰੱਖੇ ਸੀ ਉਹਨਾਂ ਦੇ ਕਈਆਂ ਦੇ ਘਰ ਦੇ ਬੱਚੇ ਵੀ ਇਹਨਾਂ ਕੁੱਤਿਆਂ ਨੇ ਮਾਰ ਦਿੱਤੇ ਇਸ ਕਰਕੇ ਸਰਕਾਰ ਨੇ ਇਹਨਾਂ ਕੁੱਤਿਆਂ 'ਤੇ ਬੈਨ ਲਾਇਆ ਹੈ ਪਰ ਇਹਨਾਂ ਨੂੰ ਮੈਂ ਪੰਚਾਇਤੀ ਤੌਰ 'ਤੇ ਪੰਚਾਇਤ ਮੈਂਬਰ ਨੇ ਇਹਨਾਂ ਨੂੰ ਮੈਂ ਕਈ ਵਾਰੀ ਇਹਨਾਂ ਦੇ ਘਰ ਜਾ ਕੇ ਕਿਹਾ ਵੀ ਭਾਈ ਇਹ ਕੁੱਤੇ ਨੂੰ ਤੁਸੀਂ ਛੱਡ ਦਿਓ ਜਾਂ ਇਹਨੂੰ ਕਿਤੇ ਜਮ੍ਹਾਂ ਕਰਾਓ ਪਰ ਇਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਅੱਗੋਂ ਸਾਨੂੰ ਗਾਲੀ ਗਲੋਚ ਕੀਤਾ ਔਰ ਕਈ ਵਾਰੀ ਇਹ ਜੀ ਰਾਜਕੁਮਾਰ ਪੁੱਤਰ ਜੁੰਮਾ ਔਰ ਉਹਦਾ ਮੁੰਡਾ ਹੈ ਜੀ ਇੱਕ ਇਹ ਝੋਕਰ ਯਾਰ ਜੀ ਹਾਂ ਸਾਡੇ ਘਰ ਦੇ ਲਾਗੇ ਰਹਿੰਦੇ ਜੀ ਥੋੜ੍ਹੀ ਦੂਰ 'ਤੇ ਸਾਡਾ ਘਰ ਇਹਨਾਂ ਦਾ ਸਾਡੇ ਤੋਂ ਔਰ ਇਹਨਾਂ ਨੂੰ ਮੈਂ ਕਈ ਵਾਰੀ ਅੱਗੇ ਵੀ ਕਈਆਂ ਕੁੱਤਿਆਂ ਦੇ ਨਾਲ ਲੋਕ ਪਾਇਆ ਜੀ ਸਾਡੇ ਇੱਧਰ ਪਰਮਜੀਤ ਬਲਾਕ ਸੰਮਤੀ ਮੈਂਬਰ ਉਹਨਾਂ ਦੇ ਕੁੱਤੇ ਨੂੰ ਲੋਕ ਪਾਇਆ ਫਿਰ ਇਹਨੇ ਕਈਆਂ ਕੁੱਤਿਆਂ ਦੇ ਗਲ ਪਿਆ ਛੱਡਦਾ ਹੀ ਨਹੀਂ ਕੁੱਤੇ ਨੂੰ ਮਾਰਨ ਦੀ ਕੋਸ਼ਿਸ਼ ਮਾਰ ਕੇ ਹੀ ਛੱਡਦਾ ਜੀ ਕੁੱਤੇ ਨੂੰ ਜੇ ਕੋਈ ਛਡਾ ਲਵੇ ਤਾਂ ਫਿਰ ਤਾਂ ਵੱਜ ਜਾਂਦਾ ਕੁੱਤਾ ਨਹੀਂ ਤਾਂ ਨਹੀਂ ਪਰ ਇਹਨੇ ਅੱਗੇ ਵੀ ਸਾਡੇ ਕੁੱਤਾ ਕਈ ਵਾਰੀ ਜੇ ਕਿਤੇ ਬਾਹਰ ਗਲੀ 'ਚ ਨਿਕਲਦਾ ਹੁੰਦਾ ਕਈ ਵਾਰੀ ਇੱਥੋਂ ਚਲੋ 2 ਮਿੰਟ ਬਾਥਰੂਮ ਛੱਡਿਆ ਜਾਂਦਾ ਤਾਂ ਇਹ ਕੁੱਤੇ ਨੂੰ ਕਈ ਵਾਰੀ ਅੱਗੇ ਵੀ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਇਹਨਾਂ ਦੇ ਕੁੱਤੇ ਨੇ ਕੀਤਾ ਅਸੀਂ ਇਹਨਾਂ ਨੂੰ ਕਿਹਾ ਵੀ ਇਹਨੂੰ ਸਾਂਭ ਕੇ ਰੱਖੋ ਪਰ ਇਹ ਰੰਜਿਸ਼ ਦੇ ਨਾਲ ਜਾਣ ਬੁੱਝ ਕੇ ਕੁੱਤਾ ਛੱਡਦੇ ਨੇ
अज भी जो कुत्ता इन्हों का हालात वेख लो साढ़े को बकायदा असी वीडियो बनाई हुई है कुत्ते की। इन्होंने कुत्ते आप छड़िया साढ़े घर के रंजिश के नाल क्योंकि नुकसान जी पहला तो इन्होंने जो साढ़े घर कुत्ता आया साढ़े जोड़े कुदरती बच्चे साढ़े घर से मैं पंचायत मैंबर हाँ ये मेरे भरा का कुत्ता है इधर इन्हों के घर बच्चे नहीं सगे बच्चे साढ़े घर जेकर साढ़े घर बच्चे होंगे हो सकता साढ़े बच्चे किसी को कुत्ता मार देता। अचानक साढ़े इतने कमरे के साढ़े कुत्ता बैठा हुआ साडा एक कुत्ते ने जो इन कोई होर कुछ दिसा नहीं ये फिर कुत्ते दे गल पै गया जी कुत्ते इन्हें बुरी तरह इन्ना घड़ीसा पहला असी आसी हूँ बरांडे खड़े हाँ साढ़े बरांडे तो अगे साढ़े आ वेखो जी आ कमरा आ साडा अगे कमरा जी तो एक कमरे के बैठे कुत्ते दे जा के गल पै गया उन्होंने इतने खिची धोई फिर इतने मेरी भैन सी छोटी वीना उन्हें इन्हों इन्हे जोड़े मुंडे ने मौजूदा इतने बहर आ खड़े रहा इन्ह कुत्ते छुड़वाया नहीं फिर उन्हें कहा भाई मैं वीडियो बना के मैं पुलिस तक अप्रोच करांगी इनू कुत्ते छुड़वाओ इन्होंने फिर कहते असी कुत्ते डांगा डूंगा मूँह च पा के मैं तो बाद इस तो बाद जी इन्होंने कुत्ते छुड़वाया कुत्ते दे सोटी वज गई मेरे भरा ने मार के छुड़वाता इसे सोटी मारन दे करके कहिंदे तुसीं साढ़े कुत्ते सोटी क्यों मारी जदों ये सोटी मारन की गल की ये मेरे भरा दे भी गल पै गया साढ़े जीयां दे गल पै गया जी फिर मौके पर मैं भी पहुँचा ये साढ़े जी मेरी एक मम्मी दे सट लगी जी एक मेरे ब्रदर दे लगी जी एक मेरी बेटी दे लगी जी एक मेरा इतों भतीजा सी उन्हां दे लगी तीन चार बंदियां दे साढ़े सट्टा लगियां जी। साडी मंग ए जी साडी कोई ए नहीं हैगी कोई साडी किसे इन्हां नाल दुश्मनी है असी ये चाहुंदे आ भी ये जड़े बंदे ने अज जे साडे घरे कुत्ते ने किसे दे घर भी जिवें साडे बच्चे दे नहीं अज चलो हावी होया कुत्ते ते हो गया वह बच्चों नूं भी मार सकदा इस तरह ये कुत्ता जिहड़ा इन्हां ने वारा जाण बुझ के छड्ड दिंदे ने ਇਹ ਕਿਸੇ ਹੋਰ ਵੀ ਘਰ ਦੇ ਵਿੱਚ ਜਾ ਕੇ ਕਿਸੇ ਦੇ ਬੱਚੇ ਨੂੰ ਮਾਰ ਸਕਦਾ ਤਾਂ ਜੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਕਿ ਇਹ ਜਿਹੜਾ ਇਹਨਾਂ ਨੇ ਬਹੁਤ ਵੱਡੀ ਗਲਤੀ ਇਹਨਾਂ ਦੀ ਜਿਹੜੀ ਇਹ ਕੁੱਤੇ ਨੂੰ ਛੱਡ ਦੇ ਕਿਸੇ ਦੀ ਜਾਨ ਮਾਲ ਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਇਹਨਾਂ ਨੂੰ ਜਾਨ ਪਰਵਾਹ ਦਾ ਇਸ ਕਰਕੇ ਕੋਈ ਪਰਵਾਹ ਨਹੀਂ ਕਿਉਂਕਿ ਇਹ ਮੀਟ ਦਾ ਕੰਮ ਕਰਦੇ ਨੇ ਇਹ ਰਾਜੂ ਪੁੱਤਰ ਜੁਮਾ ਰੋਜ਼ ਕੱਟੇ ਬਣਾਉਂਦਾ ਜਾਨਵਰਾਂ ਦੀ ਹੱਤਿਆ ਕਰਦਾ ਰੋਜ਼ ਵੱਢ ਕੇ ਕੱਟੇ ਲੋਕਾਂ ਨੂੰ ਵੇਚਦਾ उस करके इन्हों डर की जान की अहमियत तो है नहीं इन्हों बंद जान की अहमियत भी कोई नहीं हैगी बिल्कुल जोड़े लोग ने इदा के लोग ने जिन्हों कोई रब का डर नहीं है रात को शराबा ये सारा सिस्टम करते जी ये बहुत ही खतरनाक बंदे ने इन तो असी मंग यही करने प्रशासन एक तो इन्हें जी कुत्ते इन्होंने मारन की कोशिश की गई एक तो वह कार्रवाई हो दूजी इन्हां बंदियां ने जानबूझ के गौरमेंट के कानूनों तो लंघना करके इन्हां पिटबॉल कुत्ता रखिया इन्हां ते सख्त तो सख्त कार्रवाई की जाए जी। झोक तो उस दिन रात लड़ाई हुई है वो मुद्दा इस तरह से कि कोई आपस गली दे विच कुत्ते वारा आपस इन्हां दे भिड़े ने वो कहिंदे जी पिटबॉल कुत्ता सी पिटबॉल कुत्ता घरे आ के गल पै गया इंज हो गया पर असीं मौके ते रात ही मैं मौके ते पहुंचिया उत्थे तो रात में जाके मैं देखिया जदों कि गली दे विच कुत्ते घूमते जिहड़े आपस लड़े ने उहदे तो आपस दोवां पार्टियां दा टकराव होया सी ते असी मौके ते जाके सारा मौका देख के आ गए सी बाकी उहनां दे ब्लंट सट्टां आईयां सी उहनां दी रबट पा दित्ती गई है जी जो बनदी कार्रवाई सी उह करती।